ਦੀਆਂ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਅਤੇ ਅਸੀਂ ਇਸ ਟਾਈਮ ਖੜ੍ਹੇ ਹਾਂ ਸੰਗਤ ਮੰਡੀ ਦੇ ਨਗਰ ਕੌਂਸਲ ਦਫ਼ਤਰ ਦੇ ਵਿੱਚ, ਜਿੱਥੇ ਕਿ ਪੈਂਚਾਂ ਅਤੇ ਸਰਪੰਚਾਂ ਵੱਲੋਂ ਜੋ ਚੋਣ ਲੜ ਰਹੇ ਹਨ ਉਹਨਾਂ ਵੱਲੋਂ ਆਪਣੇ ਆਪਣੇ ਕਾਗਜ਼ ਅੱਜ ਦਾਖਲ ਕੀਤੇ ਜਾ ਰਹੇ ਹਨ। ਤਾਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ, ਇਹ ਸੰਗਤ ਮੰਡੀ ਦੇ ਵਾਟਰ ਵਰਕਸ ਦੀਆਂ ਤਸਵੀਰਾਂ ਹਨ, ਜਿੱਥੇ ਕਿ ਸਰਪੰਚਾਂ ਅਤੇ ਸਰਪੰਚਾਂ ਵੱਲੋਂ ਆਪਣੇ ਕਾਗਜ਼ਾਤ ਦਾਖਲ ਕਰਨ ਲਈ ਅੱਜ ਲਾਸਟ ਦਿਨ ਇੱਥੇ ਪਹੁੰਚੇ ਹੋਏ ਹਨ। ਤਾਂ ਕੁਛ ਜੋ ਇੱਥੇ ਸਰਪੰਚ ਅਤੇ ਪੰਚਾਇਤ ਦੇ ਮੈਂਬਰ ਜਿਨ੍ਹਾਂ ਨੇ ਕਿ ਇਸ ਟਾਈਮ ਚੋਣ ਲੜਨੀ ਹੈ, ਆਪਣੇ ਕਾਗਜ਼ ਦਾਖਲ ਕਰਨ ਵਾਸਤੇ ਆਏ ਹੁਣ, ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਉੱਪਰੋਂ ਗੇਟ ਲੱਗਿਆ ਹੋਇਆ ਹੈ, ਲਾਈਨ ਵਗੈਰਾ ਨਹੀਂ ਕੋਈ ਬਣੀ। ਤਾਂ ਅਸੀਂ ਇਸ ਟਾਈਮ ਗੱਲ ਕਰਾਂਗੇ, ਬਾਈ ਜੀ ਕੀ ਨਾਮ ਕੀ ਹੈ ਤੁਹਾਡਾ? ਜੀ ਗੱਲ ਕਰ ਰਹੇ ਹਾਂ ਬਲਵੀਰ ਸਿੰਘ ਜੀ, ਕੀ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਮਾਹੌਲ? ਤਾਂ ਇੱਥੇ ਵੈਸੇ ਠੀਕ ਸੀਗਾ, ਪਹਿਲਾਂ ਤਾਂ ਨੰਬਰ ਵਾਈਜ਼ ਕੰਮ ਚੱਲਿਆ ਸੀ, ਨੰਬਰ ਵਾਈਜ਼ ਲਿਸਟ ਵੀ ਬਹੁਤ ਵਧੀਆ ਬਣੀ ਸੀ। ਇਹ ਨੰਬਰ ਵਾਈਜ਼ ਦੇ ਵਿੱਚ ਪਹਿਲਾਂ ਗੇਟ 'ਤੇ ਬੋਲਦੇ ਸੀ ਨੰਬਰ, ਫਿਰ ਮਗਰੋਂ ਇੱਥੇ ਬੋਲਦੇ ਸੀਗੇ। ਨੰਬਰ ਬੋਲਣ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ, ਜਿਵੇਂ ਜਨਤਾ ਇੱਥੇ ਕੇ ਖੜ੍ਹ ਜਾਂਦੀ ਗੇਟ 'ਤੇ, ਕਿਸੇ ਨੂੰ ਖੜ੍ਹਨ ਦੀ ਲੋੜ ਨਹੀਂ ਸੀਗੀ, ਠੀਕ ਹੈ ਨਾ। ਉਹ ਨੰਬਰ ਬੋਲੀ ਜਾਂਦਾ ਸੀ, ਇੱਥੋਂ ਬੰਦੇ ਉੱਠ ਉੱਠ ਕੇ ਜਾਈ ਜਾਂਦੇ ਉੱਥੇ। ਹੁਣ ਨੰਬਰ ਉੱਥੇ ਬੋਲੀ ਜਾਂਦੇ ਆ 20 ਨੰਬਰ ਜਾਂ 10 ਨੰਬਰ 15 ਬੋਲੀ ਜਾਂਦੇ ਆ। ਨੰਬਰ 100 ਵਾਲਾ ਖੜਾ ਉੱਥੇ, ਜਦੋਂ 10 ਨੰਬਰ ਵਾਲਾ 9 ਵਾਲਾ ਅੰਦਰ ਵੜਦਾ ਤੇ 100 ਵਾਲਾ ਅੰਦਰ ਵੜਦਾ। ਇਹ ਪਬਲਿਕ ਨੇ ਸਾਰਾ ਕੁਝ ਆਪਣੇ ਆਪ ਹੀ ਖਰਾਬ ਕਰਦੇ। ਮੈਂ ਆਪਣੇ ਆਪ ਹੀ ਫਾਈਨਲ ਕਰ ਲਿਆ ਵੀ ਮੈਂ ਪਹਿਲਾਂ ਵੜ ਜਾ, ਹਬੜਾ ਦਬੜੀ ਮੱਚੀ ਹੋਈ ਹੈ। ਇਸੇ ਕਰਕੇ ਵੀ ਇਹ ਤਾਂ ਮੁਲਾਜ਼ਮਾਂ ਨੂੰ ਚਾਹੀਦਾ ਵੀ ਮੁਲਾਜ਼ਮੀ ਕੰਟਰੋਲ ਕਰਨ, ਅਤੇ ਜਨਤਾ ਨੂੰ ਵੀ ਚਾਹੀਦਾ ਨਾਲ ਹੀ ਵੀ ਯਾਰ ਜਦੋਂ ਆਪਾਂ ਨੰਬਰ ਲਿਖਾਏ, ਨੰਬਰ ਸਾਰਿਆਂ ਨੇ ਲਵਾਏ ਆ। ਪ੍ਰਬੰਧ ਕਿਸ ਤਰ੍ਹਾਂ? ਪ੍ਰਬੰਧ ਠੀਕ ਹੈ, ਵੈਸੇ ਵੀ ਥੋੜ੍ਹੀ ਜਿਹੀ ਪਾਣੀ ਦੀ ਪ੍ਰੋਬਲਮ ਹੈ, ਪਾਣੀ ਪੀਣ ਪੂਣ ਦੀ। ਛਾਂ ਵਗੈਰਾ ਦਾ ਪ੍ਰਬੰਧ? ਛਾਂ ਤਾਂ ਹੁਣ ਆਹ ਵੈਸੇ ਦਰੱਖਤਾਂ ਦੀ ਹੈਗੀ, ਛਾਂ ਛੂ ਬਹੁਤ ਆ, ਫੁੱਲ ਆ ਇੱਥੇ, ਛਾਂ ਠੀਕ ਹੈ। ਛਾਂ ਤਾਂ ਦਰੱਖਤਾਂ ਦੀ ਹੈਗੀ, ਉਹ ਤਾਂ ਆਪਾਂ ਟੈਂਟ ਟੁੰਟ ਤਾਂ ਨਹੀਂ ਲੱਗੇ, ਹੈਗੀ ਉਹ ਛਾਂ ਤਾਂ ਠੀਕ ਹੈ ਵੀ। ਵੀਰੇ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਹਰਚਰਨ ਸਿੰਘ ਹੈ ਜੀ। ਬਸ ਠੀਕ ਆ ਜੀ, ਸਿਸਟਮ ਇਹ ਆ, ਥੋੜ੍ਹੀ ਜਿਹੀ ਧੱਕਾਸ਼ਾਹੀ ਚੱਲਦੀ ਹੈਗੀ। ਮੁਲਾਜ਼ਮਾਂ ਨੂੰ ਚਾਹੀਦਾ ਸੀ ਵੀ ਆਪਾਂ ਲੈਣਾ ਲੂਣਾ ਬਣਵਾ ਲੈਂਦੇ ਇੱਥੇ, ਅਤੇ ਵਾਰੀ ਨਾਲ ਜਿਹੜੇ ਸੀ ਸਭ ਦੇ ਫੋਰਮ ਭਰੇ ਜਾਂਦੇ, ਅਤੇ ਕੋਈ ਬੰਦਾ ਰਹਿ ਨਾ ਵੀ ਜਾਂਦਾ ਵਿੱਚੋਂ ਫੋਰਮ ਭਰਨ ਕੰਨਗੋਂ। ਰਸ਼ ਬਹੁਤ ਜ਼ਿਆਦਾ ਆ, ਕਹਿੰਦੇ ਵੀ 3 ਵਜੇ ਦਾ ਟਾਈਮ ਦਿੱਤਾ ਵੀ 3 ਵਜੇ ਤੱਕ ਫੋਰਮ ਭਰਨੇ ਆਪਾਂ, ਉਸ ਤੋਂ ਬਾਅਦ ਨਹੀਂ ਗਏ। ਅਤੇ ਚਾਹੀਦਾ ਸੀਗਾ ਵੀ ਥੋੜ੍ਹੇ ਜਿਹੇ ਪ੍ਰਬੰਧ ਕਰਨੇ ਸੀਗੇ, ਅਤੇ ਉਹ ਜਿਹੇ ਪ੍ਰਬੰਧ ਹੋਏ ਨਹੀਂ ਗੇ ਵੀ ਛਾਂ ਛੂੰ ਤਾਂ ਇੱਥੇ ਦਰੱਖਤਾਂ ਦੀ ਆ ਗਈ, ਊਂ ਟੈਂਟ ਵਗੈਰਾ ਤਾਂ ਕੋਈ ਲਾਇਆ ਨਹੀਂ ਗਾ। ਥੋੜ੍ਹਾ ਜਿਹਾ ਵੀ ਆਪਾਂ ਜਨਤਾ ਨੂੰ ਵੀ ਚਾਹੀਦਾ ਵੀ ਆਪਾਂ ਅਮਨ ਸ਼ਾਂਤੀ ਨਾਲ ਆਪਦੇ ਸੜੇ ਜਿਹਾ ਫਾਰਮ ਆ ਉਹ ਭਰੀਏ, ਅਤੇ ਐਂ ਹੁੱਲੜਬਾਜ਼ੀ ਨਾ ਕਰੀਏ, ਕਿਸੇ ਦੇ ਕੋਈ ਸੱਟ ਫੇਟ ਨਾ ਲੱਗ ਜੇ, ਕੋਈ ਲੜਾਈ ਝਗੜਾ ਨਾ ਹੋ ਜੇ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਸ਼ਾਂਤੀ ਨਾਲ ਆਪਾਂ ਸਾਰੇ। ਲੱਗ ਰਿਹਾ ਵੀ 3 ਵਜੇ ਤੱਕ ਪੂਰੇ ਕਾਗਜ਼ ਭਰੇ ਜਾਣਗੇ? ਨਹੀਂ, ਟਾਈਮ ਥੋੜ੍ਹਾ। ਇਹ ਵੀ ਬੇਨਤੀ ਆਪਾਂ ਪ੍ਰਸ਼ਾਸਨ ਨੂੰ ਕਰਦੇ ਹਾਂ ਵੀ ਕੈਂਡੀਡੇਟ ਜ਼ਿਆਦਾ ਨੇ, ਪਿੰਡ ਜ਼ਿਆਦਾ ਆ, ਅਤੇ ਵੀ ਟਾਈਮ ਥੋੜ੍ਹਾ ਜਿਹਾ ਵਧਾਇਆ ਜਾਵੇ, ਸਮਾਂ ਵੱਧ ਦਿੱਤਾ ਜਾਵੇ, ਅਤੇ 3 ਵਜੇ ਨੂੰ ਇਹ ਸਾਰੇ ਜਿਹੜੇ ਫੋਰਮ ਆ ਇਹ ਕਲੀਅਰ ਨਹੀਂ ਹੋਣੇ। ਬਾਈ ਜੀ ਅੱਜ ਕਾਗਜ਼ ਦਾਖਲ ਕਰ ਰਹੇ ਹੋ, ਕਿਵੇਂ ਲੱਗ ਰਿਹਾ? ਬਾਈ ਜੀ ਠੀਕ ਹੈ, ਪਹਿਲਾਂ ਤਾਂ ਸਰਕਾਰ ਦਾ ਪ੍ਰਬੰਧ ਕਾਗਜ਼ਾਂ ਨੂੰ ਵੀ ਇਹਨਾਂ ਨੇ ਰੱਖਤੇ ਸੀਗੇ ਵੀ ਡੇਟ ਛੇਤੀ ਰੱਖਤੀ, ਕਾਗਜ਼ ਹੀ ਨਹੀਂ ਪੂਰੇ ਹੁੰਦੇ ਗੇ, ਫਾਈਲਾਂ ਹੀ ਰਹਿ ਜਾਣੀਆਂ, ਕੋਈ ਸਰਕਾਰ ਦਾ ਪ੍ਰਬੰਧ ਨਹੀਂ। ਅੱਜ ਲੱਗ ਰਿਹਾ ਵੀ 3 ਵਜੇ ਤੱਕ ਸਾਰੇ ਪੂਰੇ ਆ ਜਾਣਗੇ? ਆਉਂਦੇ ਜੀ, ਨਹੀਂ ਆਉਂਦੇ, ਨਹੀਂ ਆਉਂਦੇ, ਕਿਸੇ ਦੇ ਡਾਕੂਮੈਂਟ ਹੀ ਨਹੀਂ ਪੂਰੇ ਜੀ। ਕੀ ਮੰਗ ਕੇ ਤੁਹਾਡੀ? ਮੰਗ ਤਾਂ ਸਰਕਾਰ ਨੂੰ, ਪ੍ਰਸ਼ਾਸਨ ਨੂੰ ਮੰਗ ਸੀ, ਇਹਨਾਂ ਤੋਂ ਪੂਰਾ ਪ੍ਰਬੰਧ ਹੀ ਨਹੀਂ ਕੀਤਾ ਗਿਆ। ਹਾਂਜੀ ਹਾਂਜੀ ਬਾਈ ਜੀ ਕੀ ਨਾਮ ਕੀ ਆਪਣਾ? ਗਿਆਨ ਸਿੰਘ ਜੀ। ਨਹੀਂ ਮੈਨੂੰ ਇਹ ਲੱਗਦਾ ਵੀ ਰਸ਼ ਜ਼ਿਆਦਾ ਹੈਗੇ ਇੱਥੇ, ਅਤੇ ਜ਼ਿਆਦਾ ਹੋਣ ਕਰਕੇ 3 ਵਜੇ ਦਾ ਟਾਈਮ ਘੱਟ ਲੱਗਦਾ, ਟਾਈਮ ਹੋਰ ਵਧਾਉਣਾ ਚਾਹੀਦਾ ਥੋੜ੍ਹਾ ਬਹੁਤ, ਹੁਣੇ ਨਹੀਂ ਭੀੜ ਜ਼ਿਆਦਾ ਹੈਗੀ ਜੀ। ਬਾਕੀ ਮੁਲਾਜ਼ਮ ਤਾਂ ਲੱਗੇ ਹੋਏ ਆ ਤੜਕੇ ਦੀ ਇੱਥੇ, ਅਤੇ
ਠੀਕ ਹੈ, ਛਾਂ ਛੂ ਆ ਵਧੀਆ, ਕੋਈ ਗੱਲ ਨਹੀਂ। ਪਬਲਿਕ ਆ, ਫਿਰ ਵੀ ਪਬਲਿਕ ਕਲੇਸ਼ 'ਚ ਹੀ ਹੁੰਦਾ ਕੰਮ, ਭੀੜ ਜ਼ਿਆਦਾ ਉਹਨਾਂ ਨੂੰ, ਅਗਲੇ ਨੂੰ ਐਂ ਹੁੰਦਾ ਨਾ ਹਰੇਕ ਨੂੰ ਮੇਰਾ ਨੰਬਰ ਪਹਿਲਾਂ ਕੰਮ ਨਿਬੜ ਜੇ ਅਤੇ ਮੈਂ ਪਹਿਲਾਂ ਘਰੇ ਜਾ ਵੜਾਂ, ਅਤੇ ਕਈ ਵਾਰੀ ਇੱਕਾ ਦੁੱਕਾ ਵਿੱਚ ਦੀ ਧੱਕੇ ਨਾਲ ਲੰਘ ਲੁੰਘ ਜਾਂਦੇ ਆ ਜਿਹੜੇ ਪਿੱਛੋਂ ਆਏ ਹੁੰਦੇ ਆ, ਉਸ ਕਰਕੇ ਥੋੜ੍ਹੀ ਜਿਹੀ ਗੜਬੜ ਹੋ ਜਾਂਦੀ। ਵੈਸੇ ਠੀਕ ਹੈ, ਪ੍ਰਬੰਧ ਕਿਸ ਤਰ੍ਹਾਂ ਲੱਗ ਰਿਹਾ? ਠੀਕ ਹੈ, ਪ੍ਰਬੰਧ ਛਾਂ ਹੈ ਜੀ, ਪ੍ਰਬੰਧ ਨੂੰ ਹੋਰ ਕੀ ਹੋਣਾ ਸੀ ਵੈਸੇ? ਦਰਖਤਾਂ ਦੀ ਵੈਸੇ ਪ੍ਰਸ਼ਾਸਨ ਵੱਲੋਂ ਕਰੇ ਹੋਏ ਕੁਛ? ਹਾਂ ਨਹੀਂ, ਬਸ ਪਾਣੀ ਪੂਣੀ ਦਾ ਕੋਈ ਮਾੜੀ ਮੋਟੀ ਪ੍ਰੋਬਲਮ ਆਉਂਦੀ ਹੈ, ਇੱਥੇ ਜਾ ਕੇ ਪੀ ਆਉਂਦੇ, ਹੋਰ ਤਾਂ ਕੁਛ ਨਹੀਂ ਹੈ। ਸੋ ਇਹਨਾਂ ਕਾਗਜ਼ਾਤ ਜੋ ਅੱਜ ਦਾਖਲ ਕਰਨਾ ਆ, ਆਖੀਰਲੇ ਦਿਨ ਨੋਮੀਨੇਸ਼ਨ ਪੇਪਰ ਦਾਖਲ ਕਰਨਾ ਆ ਸੰਗਤ ਨਗਰ ਕੌਂਸਲ ਦੇ ਦਫ਼ਤਰ, ਇਹਨਾਂ ਦਾ ਇਹੀ ਕਹਿਣਾ ਹੈ ਕਿ ਡੇਟ ਟਾਈਮ ਥੋੜ੍ਹਾ ਹੈ ਤਾਂ ਡੇਟ ਵਧਾਈ ਜਾਵੇ ਤਾਂ ਜੋ ਕਿ ਕਾਗਜ਼ਾਤ ਦੇ ਵਿੱਚ ਸਾਨੂੰ, ਅਸੀਂ ਸਾਰੇ ਹੀ ਮੈਂਬਰ ਸਰਪੰਚ ਜੋ ਵੀ ਚੋਣ ਲੜਨਾ ਚਾਹੁੰਦੇ ਹਾਂ ਉਹ ਆਪਣੇ ਕਾਗਜ਼ਾਤ ਸਮੇਂ ਸਿਰ ਦਾਖਲ ਕਰਵਾ ਸਕੇ। ਡੇਟ ਤਰੀਕ ਦੀ ਮੰਗ ਕਰ ਰਿਹਾ ਕਿ ਸਮਾਂ ਵਧਾਇਆ ਜਾਵੇ। ਪੰਜਾਬੀ ਖਬਰਾਂ ਦੀ ਕੈਮਰਾਮੈਨ ਬਲਬੀਰ ਵੀਰੇ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ, ਸੰਗਤ ਮੰਡੀ।